ਬਿਸਮਿਲਲਾਹਿ ਰਹਿਮਾਨ ਰਹੀਮ। ਸੱਜਣੋ ਅਤੇ ਮਿੱਤਰੋ ਅਸਲਾਮ ਅਲੈਕਮ। ਦੋਸਤੋ, ਸਾਡੀ ਅੱਜ ਦੀ ਵੀਡੀਓ ਦੇ ਮਹਿਮਾਨ ਬਜ਼ੁਰਗ ਦਾ ਨਾਂ ਸੁਲੇਮਾਨ ਹੈ। ਸੁਲੇਮਾਨ ਸਾਹਿਬ ਦਾ ਤਲਕ ਰਿਆਸਤ ਜੰਮੂ ਕਸ਼ਮੀਰ ਨਾਲ ਹੈ ਅਤੇ ਇਹਨਾਂ ਦੀ ਮੌਜੂਦਾ ਰਿਹਾਇਸ਼ ਮੌਜਾ ਡੰਡੋਰ, ਤਹਿਸੀਲ ਜਫਰਵਾਲ, ਜ਼ਿਲ੍ਹਾ ਨਾਰੋਵਾਲ ਹੈ। ਇਹ ਮੌਜਾ ਡੰਡੋਰ ਪਾਕਿਸਤਾਨ ਦੇ ਹਦੂਦ ਦਾ ਆਖਰੀ ਪਿੰਡ ਹੈ ਅਤੇ ਅੱਗੇ ਰਿਆਸਤ ਜੰਮੂ ਕਸ਼ਮੀਰ ਦੀ ਸਰਹੱਦ ਸ਼ੁਰੂ ਹੋ ਜਾਂਦੀ ਹੈ। ਆਓ ਫਿਰ ਇਹਨਾਂ ਬਜ਼ੁਰਗਾਂ ਨੂੰ ਮਿਲੀਏ ਅਤੇ ਇਹਨਾਂ ਕੋਲੋਂ ਪੁਰਾਣੀਆਂ ਗੱਲਾਂ ਬਾਤਾਂ ਪੁੱਛੀਏ ਅਤੇ ਇਹਨਾਂ ਨਾਲ ਪੁਰਾਣੀਆਂ ਯਾਦਾਂ ਸ਼ੇਅਰ ਕਰੀਏ। ਆਓ ਫਿਰ ਮਿਲੀਏ ਸੁਲੇਮਾਨ ਸਾਹਿਬ ਨੂੰ। ਅੱਛਾ ਬਜ਼ੁਰਗ, ਸਲਾਮ ਬਜ਼ੁਰਗ, ਆਪਣਾ ਨਾਂ ਕੀ ਹੈ? ਵਾਲਾ ਸਾਹਿਬ ਦਾ ਨਾਂ ਕੀ? ਦਾਦਾ ਜੀ ਦਾ ਪਤਾ ਕੀ ਨਾਂ? ਠੀਕ ਹੈ। ਅੱਛਾ, ਇਹ ਕਿਹੜਾ ਪਿੰਡ ਜਿੱਥੇ ਬੈਠ ਰਹੇ? ਇਹ ਦਨੋੜ ਜਾਲ ਵਾਲੇ ਕਿਹੜੇ ਪਿੰਡ ਨੇ? ਪਾਕਿਸਤਾਨ ਦੀ ਹਦੂਦ ਅੱਛਾ, ਤੁਸੀਂ ਦੱਸੋ ਤੁਹਾਡੀ ਉਮਰ ਕਿੰਨੀ ਹੋਈ ਹੈ? ਉਮਰ ਸਾਡੀ ਹੋ ਗਈ ਹੈ ਪਿੰਡ ਸਿਣਕੀ, ਕੁਮਾਲਾ, ਡੇਰਾ, ਫਕੀਰੀਏ ਚੱਕ। ਅੱਛਾ, ਬਾਗ ਨੇ ਜ਼ਿਆਦਾ ਠੀਕ ਹੈ। ਅੱਛਾ, ਉਹਦੀ ਤਹਿਸੀਲ ਕਿਹੜੀ ਸੀ ਉਹ ਪਿੰਡ ਦੀ? ਵੀਰ ਉਹਦੀ ਮਹਿਲਾ ਥਾਂਬਾ ਹੀ ਜ਼ਿਲ੍ਹਾ ਜ਼ਿਲ੍ਹਾ ਉੱਧਰ ਜੰਮੂ ਜੰਮੂ ਬਿਲਕੁਲ। ਤੁਸੀਂ ਹੁਣ ਦੱਸੋ ਉਹ ਜਿਹੜਾ ਪਿੰਡ ਤੁਹਾਡਾ ਕਿੱਡਾ ਵੱਡਾ ਹੈ? ਤੇ ਉੱਥੇ ਆਪਣੇ ਪਿੰਡ ਦੀ ਕਿੰਨਾ ਤੁਹਾਡੀ ਕਿੰਨੀ ਹੈ ਉੱਥੇ? ਕਣਕ ਹੁੰਦੇ ਨੇ, ਛੋਲੇ ਕਮਾਨ ਸਾਡੇ ਬੜਾ ਹੁੰਦਾ ਹੈ। ਠੀਕ ਹੈ, ਠੀਕ ਹੈ। ਜਾਇਦਾਰ
ਆਪਣੇ ਜਿਸ ਟਾਈਮ ਬਚਪਨ ਚ ਤੁਸੀਂ ਮਸਲ ਕਿਹੜੀਆਂ ਖੇਡਾਂ ਖੁੱਡਾਂ ਖੇਡਦੇ ਰਹੇ ਹੋ? ਖੇਡਾਂ ਇਹ ਪਾਸੋ ਇਹ ਜਿਸਾ ਨੂੰ ਖੇਡਦੇ ਨੇ ਖਿੱਡੂ ਗੱਤਾ ਕਿੰਨੀ ਕੁ ਉਮਰ ਹੋਈ? ਦਾਲ ਚੌਲ ਆਪਣੀ ਬੇਗਮ ਜਿਹੜੀ ਸੀ ਮਸਲ ਉਹ ਕਾਹਦੇ ਤੇ ਅੱਜ ਕੱਲ੍ਹ ਕਾਰ ਸਾਹ ਕਹਿੰਦੇ ਉਹਨੂੰ ਕਾਹਦੇ ਤੇ ਆਉਂਦੀ? ਉਦੋਂ ਮੈਂ ਛੱਡਾ ਨਿਕਾਹ ਕੀਤਾ ਨੀ, ਚੱਲ ਗਿਆ ਹਾਂ। ਅੱਛਾ, ਜੋ ਵਿਆਹ ਸੀ ਮੇਰੇ ਸੋਹਰੇ ਦੇ ਮੁੰਡੇ ਦਾ, ਅੱਛਾ, ਵਿਆਹ ਖਾਣ ਆਇਆ ਫਿਰ ਗਾਹ ਕਰਾ ਲਿਆ ਤੇ ਫਿਰ ਇਹ ਖੜੀ ਖੁੜੀ ਆ ਨਹੀਂ। ਆਪਣੇ ਮਸਲ ਦੱਸੋ, ਕੋਈ ਆਪਣੇ ਵਕਤ ਦੇ ਕਿਹੜੇ ਕਿਹੜੇ ਖੇਡਾਂ ਖੇਡਦੇ ਰਹੇ ਹੋ? ਖੇਡਾਂ ਵੀ ਖੇਡੀਆਂ ਆਪਣੇ ਵਕਤ ਤੁਹਾਡੇ ਵਕਤ ਦਾ ਕੋਈ ਮਸ਼ਹੂਰ ਖਿਲਾੜੀ ਕਿਹੜਾ ਕਿਹੜਾ ਸੀ? ਉਸ ਵੇਲੇ ਕਿਹੜੀਆਂ ਖੇਡਾਂ ਆਮ ਹੁੰਦੇ ਰਹੇ? ਜਿਸ ਤਰ੍ਹਾਂ ਕੇ ਉਸ ਵੇਲੇ ਹੁੰਦੇ ਰਹੇ ਕੌਡੀ ਤੇ ਕੁਸ਼ਤੀਆਂ ਆਮ ਹੁੰਦੇ ਨੇ? ਉਦੋਂ ਕੌਡੀਆਂ ਨਹੀਂ ਹੁੰਦੀਆਂ ਰਹੀਆਂ, ਇਹ ਬਸ ਕੁੱਲ ਸਿੰਘ ਹੁੰਦੀ ਰਹੀ। ਮਤਲਬ ਉਸ ਟਾਈਮ ਤੁਹਾਡੇ ਦੌਰ ਦਾ ਕਿਹੜਾ ਮਸ਼ਹੂਰ ਖਿਲਾੜੀ ਸੀ ਤੇਰੇ ਸਾਡੇ ਪਿੰਡਾਂ 'ਚ? ਤੁਹਾਡੇ ਪਿੰਡਾਂ ਦਾ ਖਿਲਾੜੀ ਕਿਹੜਾ ਮਸ਼ਹੂਰ ਸੀ ਇੱਧਰ? ਇੱਧਰ ਖਿਲਾੜੀ ਆ ਖਿਲਾੜੀ ਕੋਈ ਖਿਲਾੜੀ ਭੂਮ ਦੇ ਖਿਲਾੜੀ ਨਾ ਜਨਾਬ, ਇਹ ਜਿਹੜੇ ਕਾਂਗਰਸ ਖੇਡਦੇ ਸਾਰੇ ਖੇਡਦੇ, ਉੱਧਰ ਕੋਈ ਕ੍ਰਿਕਟ ਨਹੀਂ ਖੇਡਦਾ। ਨਹੀਂ ਨਹੀਂ ਉਦੋਂ ਕ੍ਰਿਕਟ ਨਹੀਂ, ਉਦੋਂ ਜਿਹੜੇ ਕੁਸ਼ਤੀ ਦਾ ਖਿਲਾੜੀ ਹਨ। ਖਿਲਾੜੀ ਕਿਹੜਾ ਮਸ਼ਹੂਰ ਸੀ? ਉਹ ਬਈ ਹੁਣ ਮਸ਼ਹੂਰ ਉਹ ਮਰ ਮੁੱਕ ਗਏ ਨੇ, ਮਰ ਮੁੱਕ ਤੇ ਗਏ ਨੇ। ਤੁਸੀਂ ਨਾਂ ਦੱਸਣਾ ਤੇ ਉਹ ਫਿਰ ਕਿਹੜਾ ਮਸ਼ਹੂਰ ਖਿਲਾੜੀ, ਤੁਸੀਂ ਨਾਂ ਦੱਸਣਾ? ਉਹਦਾ ਨਾਂ ਦੱਸਣਾ, ਇੱਕ ਬੱਗੜ, ਇੱਕ ਜੁੰਮਾ। ਅੱਛਾ, ਇਹ ਸੀ ਸਾਡਾ ਜਿਹੜੇ ਆਪਣੇ। ਅੱਛਾ, ਇਹ ਹੀ ਤੇ ਮੇਲੇ ਸਿਰ ਵੀ ਦੇਖਦੇ ਰਹੇ ਉਸ ਟਾਈਮ? ਮੇਲੇ ਲਮੰਦਰ ਹੁੰਦੇ ਰਹੇ, ਇੱਥੇ ਹੁੰਦਾ ਰਿਹਾ ਪਹਿਲਾਂ। ਅੱਛਾ, ਗਾਂਧੇ ਰਹੇ ਉੱਧਰ ਦੇਖਣ? ਆਹੋ, ਜਦ ਮਾਰ ਜਾਂਦੇ ਰਹੇ। ਅੱਛਾ ਜੀ, ਤਿੰਨ ਮੰਦਰ ਗਏ ਹੋ ਵਿਸਾਖੀ ਦੇਖਣ? ਵਿਸਾਖੀ ਦੇਖਣ ਆਹੋ ਗਏ ਬਚਪਨ ਜੀ ਗਈ। ਅੱਛਾ, ਆਹ ਵੀ ਇੰਨੀ ਉਮਰ ਹੀ ਉਸ ਉਮਰ 'ਚ ਜਾਣਗੇ। ਹਾਂ ਠੀਕ ਹੈ। ਹੋਰ ਕੋਈ ਆਪਣੀ ਜ਼ਿੰਦਗੀ ਦਾ ਕੋਈ ਯਾਦਗਾਰ ਵਾਕਿਆ
ਬਾਕੀ ਯਾਰ ਹੁਣ ਬਥੇਰੇ ਹੋ ਗਏ ਆਪਣੇ ਘਰ ਬਥੇਰੇ ਹੋ ਗਏ, ਹੁਣ ਕੀ ਦੱਸਾਂ। ਅੱਛਾ ਤੁਸੀਂ ਇਹ ਦੱਸੋ ਜਿਸ ਤਰ੍ਹਾਂ ਪਾਕਿਸਤਾਨ ਅਤੇ ਹਿੰਦੁਸਤਾਨ ਬਣਿਆ, ਹਾਂ ਉਹ ਨਕਸ਼ਾ ਬਿਆਨ ਕਰੋ ਅਤੇ ਤੁਸੀਂ ਉੱਧਰ ਕਿਸ ਤਰ੍ਹਾਂ ਆਏ, ਤੁਹਾਨੂੰ ਕਿਸ ਤਰ੍ਹਾਂ ਫਿਕਰ ਹੋਈ ਅਤੇ ਕਿਸ ਤਰ੍ਹਾਂ ਫਿਰ ਇੱਧਰ ਆਏ ਅਤੇ ਕਿੱਧਰ ਕਿੱਧਰ ਕੀ ਕੀ ਮੁਸ਼ਕਿਲਾਂ ਪੇਸ਼ ਆਈ ਉਹ ਦੱਸੋ। ਉਹ ਜਸੇ ਚੜੇ, ਰੋਟੀ ਪੈ ਗਈ, ਰੋਟੀ ਪੈ ਗਈ, ਮਾਰ ਕੁੱਟਣ ਲੈ ਪਏ, ਵੱਢ ਛੜੇ, ਉੱਧਰ ਦੁਨੀਆ ਬੜੀ ਵੱਡੀ, ਇੱਕ ਪਿੰਡ ਸੀ ਮਾਰ ਮੈਂ ਲੱਗਿਆ ਉਹ ਪੜਗੋਲੀ, ਉੱਥੇ ਸਾਡੀ ਰਿਸ਼ਤੇਦਾਰੀ ਉਹ ਸਾਰਾ ਪਿੰਡ ਹੀ ਵੱਢ ਛੜਿਆ ਪਿੱਛੇ, ਅਤੇ ਅਸੀਂ ਇਹ ਵੱਢਦੇ ਲੱਗ ਗਏ, ਅਸੀਂ ਆ ਗਏ, ਅਸੀਂ ਸਮਾਂ ਜੀ ਨਹੀਂ ਆਉਂਦੇ, ਕਿਉਂਕਿ ਤੁਸੀਂ ਮੁਸ਼ਕਿਲਾਂ ਨੂੰ ਬਚੇ ਰਹੇ, ਥੋੜ੍ਹੇ ਜਿਹਾ ਅਗਾਂਹ ਹੋ ਪਿੰਡ ਅਗਲੇ ਪਿੰਡ ਘਰ, ਉਹਨਾਂ ਨੂੰ ਬੜੀਆਂ ਮੁਸ਼ਕਿਲਾਂ ਬੜੀ ਘੱਟ ਕਰ ਸਕਦੇ, ਉਹਨਾਂ ਦੀ ਬੜੀ ਘੱਟ ਕਰ ਫਿਰ ਉਹਨਾਂ ਜਿਹੜੇ ਲੱਗ ਲੱਗ ਜਾਣਾ, ਅਸੀਂ ਤਾਂ ਬੜੇ ਲੱਗ ਗਏ ਲੱਗ ਨਾਲ ਜਿੰਨੇ ਚੱਲਦੇ ਆ ਗਏ, ਅਤੇ ਤੁਹਾਡਾ ਤੈਨੂੰ ਕੋਈ ਦੁਕਾਨ ਸਮ ਗਿਆ ਸੀ ਉੱਥੇ, ਦੁਕਾਨ ਕਿਤੇ ਦੇਣਾ ਦੇਣੀ ਸੀ ਬੜੇ ਬੜੇ ਵਿੱਚ ਕੱਢੇ, ਉਹ ਫਿਰ ਰਹਿੰਦੇ ਹਿੰਦੂਆਂ ਦਾ ਵਿਆਹ ਦੱਸਾਂ, ਅੱਛਾ ਉਹ ਇੱਥੇ ਬੰਦੇ ਮੈਂ ਬੜ ਛੜੇ ਬੜੇ, ਅੱਛਾ ਜੀ ਉਹ ਫਿਰ ਜਿਹੜੇ ਦੀ ਨਿੱਜੀ ਬੰਦੇ ਜਿਹੜੇ ਪਿੰਡ ਵਾਲੇ ਉਹ ਨੱਸ ਗਏ ਨੇ, ਠੀਕ ਹੈ ਠੀਕ ਹੈ, ਉਹ ਫਿਰ ਜਿਹੜੇ ਬੰਦੇ ਇੱਥੇ ਨਿੱਜੀ ਜਾਂਦੀ ਸੀ ਨਾ ਉਹਨਾਂ ਨਾਲ ਉਹਨਾਂ ਡਲੀਆਂ ਜੀ ਪਰ ਹੇਠ ਗਏ, ਠੀਕ ਹੈ, ਮੋੜ ਕੇ ਆਈ ਥੋੜ੍ਹੀ ਛੜੇ ਨੇ, ਠੀਕ ਹੈ ਠੀਕ ਹੈ ਠੀਕ ਹੈ। ਕਿੱਡਾ ਕੁ ਵੱਡਾ ਕਿਲਾ ਸੀ ਬਾਬਾ ਨੂੰ ਚਾਹੀ ਕਿਲਾ ਸੀ, ਅੱਛਾ ਜੀ ਹੁਣ ਭੰਗ ਬੰਨ ਕੇ ਘਰ ਪਾ ਲਿਆ, ਚੌੜਾ ਕਿੱਡਾ ਕੇ ਚੌੜਾ ਕਿੱਡਾ ਕੇ ਚੌੜਾ ਥੋੜ੍ਹਾ ਹੀ, ਅੱਛਾ ਉੱਚਾ ਕਿਆ, ਕਿਉਂਕਿ ਇਹਦਾ ਜ਼ਿਕਰ ਮੈਂ ਇੱਕ ਕਿਤਾਬ 'ਚ ਪੜ੍ਹਿਆ, ਤਰੀਖ ਦੀ ਇਹ ਕਿਤਾਬ ਹੈ ਕਿੰਨੀਆਂ ਲਾਲ ਨੇ ਲਿਖੀ ਹੈ ਤਰੀਖੇ ਪੰਜਾਬ, ਉਹਦੇ ਵਿੱਚ ਲਿਖਿਆ ਕਿ ਗੁਲਾਬ ਸਿੰਘ ਦੀਆਂ ਫੌਜਾਂ ਨਾਲ ਅਤੇ ਮੁਕਾਮੀ ਫੌਜਾਂ ਨਾਲ ਇੱਥੇ ਲੜਾਈ ਹੋਈ ਹੈ, ਅਤੇ ਬਾਅਦ 'ਚ ਗੁਲਾਬ ਸਿੰਘ ਦੀ ਫੌਜ ਨੇ ਜੰਗ ਜਿੱਤ ਲਈ ਹੈ, ਅਤੇ ਬਾਅਦ 'ਚ ਮੁਕਾਮੀ ਲੋਕਾਂ ਨੇ ਉਹਨਾਂ ਨੂੰ ਹਥਿਆਰ ਦੇ ਕੇ ਜਿੰਨੇ ਵੀ ਜੰਗਲ ਹਥਿਆਰ ਸਨ ਅਤੇ ਨੀਂਹ ਘੋੜੇ, ਉਸ ਤੋਂ ਇਲਾਵਾ ਉਸਨੇ ਕਿੰਨਾ ਮੁਆਵਜ਼ਾ ਦਿੱਤਾ, ਫਿਰ ਆਪਣੀ ਜਾਨ ਛਡਾਈ ਜਾਨ, ਫਿਰ ਮੁੰਡਾ ਜਾਂ ਜਿਹਨੂੰ ਗੁਲਾਬ ਸਿੰਘ ਦੇ ਦੌਰ ਇਹ ਕਿੰਨੇ ਦਿਨ ਤੱਕ ਮੈਂ ਜਿੰਨੀ ਕੁ ਤਰੀਕ ਪੰਜਾਬ 'ਚ ਪੜ੍ਹਿਆ, ਅਤੇ ਇਹ ਵੀ ਲੈਣ ਹੈ ਪਹਿਲੇ ਵੀ ਲੱਗੀ ਸੀ ਕੁੱਤੀਆਂ ਛੁੱਟੀਆਂ, ਖੜਦੇ ਰਹੋ ਕਿੰਨਾ ਟੈਕਸ ਜਿਹੜਾ ਇੱਧਰ ਟੋਕਾ ਡੰਗ ਲੈਂਦਾ ਉਹ ਵੱਜ ਜਾਂਦਾ, ਠੀਕ ਹੈ ਠੀਕ ਹੈ, ਇਹ ਮੁਸਲਮਾਨਾਂ ਰਾਜ ਵੀ ਉਹ ਮੁਸਲਮਾਨ ਰਾਜ, ਠੀਕ ਹੈ ਠੀਕ ਹੈ, ਅਤੇ ਉਹ ਫਿਰ ਨਹੀਂ ਨਹੀਂ ਇੱਥੇ ਤਾਂ ਅੰਗਰੇਜ਼ਾਂ ਦਾ ਰਾਜ ਵੀ ਹੁੰਦਾ, ਹਾਂ ਕਹਿੰਦੇ ਅੰਗਰੇਜ਼ਾਂ ਦਾ ਰਾਜ, ਹਾਂ ਅਤੇ ਜਿਹੜੀ ਕੋਈ ਚੀਜ਼ ਇੱਧਰੋਂ ਉੱਧਰ ਜਾਂਦੀ ਰਹੀ ਜਾਂ ਉੱਧਰੋਂ ਉੱਧਰ ਆਉਂਦੀ ਰਹੀ, ਹਾਂ ਖੜਦੇ ਰਹੇ ਤਾਂ ਟੈਕਸ ਤਾਂ ਲੱਗ ਰਹੇ ਨੇ, ਜਿਹੜੇ ਚਬੂਤਰੇ ਵਾਲੇ ਹਨ ਉਹ ਟੈਕਸ ਟੂਕਸ ਲੱਗ ਰਹੇ ਹਨ, ਤਾਂ ਮੈਨੂੰ ਕੋਈ ਪਤਾ ਨਾ ਮੈਂ ਖੜੀ ਜਾਂਦਾ ਨਾ ਮੈਂ ਲੈਂਦੀ, ਅੱਛਾ ਹਾਂ ਠੀਕ, ਹੁਣ ਮੇਰਾ ਪਾਣੀ ਲੱਗਣ ਦਿਆ ਕਿਸੇ ਦੀ ਤਾਈ ਚਾਜਾ ਕਰੇ ਉਹ ਪੈ ਜਾਓ ਪਾਣੀ, ਚੋਰ ਤੁਹਾਡੀ ਮਿਹਰਬਾਨੀ ਮਿਹਰਬਾਨੀ ਤੁਹਾਡੀ ਮਿਹਰਬਾਨੀ।